58 लैक्चरर भर्ती किए आ। अच्छा जी, उहदी छोटी जी रीजन करके अज मेरे ख्याल कोर्ट दे विच केस आ, ਉਹ ਅਸੀਂ ਉਹਨੂੰ ਸੋਲਵ ਕਰਾ ਕੇ ਜਲਦੀ ਤੋਂ ਜਲਦੀ ਇੱਥੇ ਸਟਾਫ ਜਿਹੜਾ ਆ ਉਹ ਪੂਰਾ ਕਰਾਂਗੇ। ਔਰ ਪਿਛਲੇ 25 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਲੈਕਚਰਰ ਦੀ ਭਰਤੀ ਨਹੀਂ ਸੀ ਹੋਈ, 45 ਦਿਨਾਂ ਦੇ ਵਿੱਚ ਇਹ ਭਰਤੀ ਕੀਤੀ ਆ। ਔਰ ਇਸ ਜਿੰਨੇ ਕਾਲਜਸ ਹੈਗੇ ਆ ਇਹਦੇ ਸਿਰਫ ਸਟਾਫ ਹੀ ਨਹੀਂ ਪੂਰਾ ਕਰਾਂਗੇ, ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦਾ ਹਾਣੀ ਬਣਾਉਣ ਲਈ ਨਵੇਂ ਕੋਰਸਿਸ ਜਿਹੜੇ ਆ ਡਿਜ਼ਾਈਨ ਕਰਾ ਕੇ, ਜਿਹੜੇ ਕਿੱਤਾ ਮੁਖੀ ਕੋਰਸਿਸ ਹੈਗੇ ਆ ਡਿਜ਼ਾਈਨ ਕਰਾ ਕੇ ਇਹਨਾਂ ਕਾਲਜਸ ਦੇ ਵਿੱਚ ਲਾਵਾਂਗੇ, ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜਾ ਬਾਹਰ ਦਾ ਟਰੈਂਡ ਕਿਤੇ ਨਾ ਕਿਤੇ ਬਣਿਆ ਹੋਇਆ ਉਹਦੇ ਤੋਂ ਅਸੀਂ ਕਿਤੇ ਨਾ ਕਿਤੇ 36,000 ਜੋਬ ਦਾ ਜਦਾਵਾ ਹੁੰਦਾ ਹੈ, ਇਹਦੇ ਬਾਵਜੂਦ ਇੰਨੇ ਧਰਨੇ ਪ੍ਰੋਟੈਸਟ ਚੱਲ ਰਹੇ ਪੂਰੇ ਪੰਜਾਬ ਦੇ ਵਿੱਚ, ਕਿਵੇਂ ਦੇਖਦੇ ਹੋ ਸਰ? ਮੈਂ ਤਾਂ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ, ਮੈਂ ਤਾਂ ਤੁਹਾਨੂੰ ਰਿਕੁਐਸਟ ਕਰਦਾ, ਮੇਰੇ ਕੋਲ 31,000 ਪੋਸਟਾਂ ਸਕੂਲ ਐਜੂਕੇਸ਼ਨ ਦੇ ਵਿੱਚ ਭਰਤੀ ਕਰਨ ਵਾਲੀਆਂ ਪਈਆਂ ਜੀ। ਇਹਨਾਂ ਦੀ ਆਪਸੀ ਜਿਹੜੀ ਕੰਟਰਾਡਿਕਸ਼ਨ ਆ, ਕਿਉਂਕਿ ਇੱਕ ਕਹਿੰਦਾ ਬੀਐਡ ਹੋਣਾ ਚਾਹੀਦਾ, ਦੂਜਾ ਕਹਿੰਦਾ ਨਹੀਂ ਹੋਣਾ ਚਾਹੀਦਾ। ਤੁਸੀਂ ਕਿਤੇ ਬਿਠਾ ਕੇ, ਮੈਂ ਤਾਂ ਕਈ ਵਾਰੀ ਪੱਤਰਕਾਰਾਂ ਨੂੰ ਕਿਹਾ ਯਾਰ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਥੰਮ ਹੋ, ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਚੰਗੀ ਚੀਜ਼ ਲੈ ਕੇ ਜਾਣੀ ਆ ਇਹਨਾਂ ਬੱਚਿਆਂ ਨੂੰ, ਕਿਉਂਕਿ ਸਾਡੇ ਹੀ ਬੱਚੇ ਆ, ਨੌਕਰੀ ਦੀ ਜ਼ਰੂਰਤ ਹੈਗੀ ਆ। ਲੇਕਿਨ ਆਪਾਂ ਕਿਸੇ ਰੂਲਾਂ ਦੇ ਤਹਿਤ ਹੀ ਭਰਤੀ ਕਰ ਸਕਾਂਗੇ, ਰੂਲਾਂ ਤੋਂ ਬਾਹਰ ਤਾਂ ਕੋਈ ਨਹੀਂ ਜਾ ਸਕਦਾ। ਸੋ ਇਹ ਅਸੀਂ ਕੋਸ਼ਿਸ਼ ਮੈਂ ਲੱਗਿਆ ਹੋਇਆ ਕਿ ਤਾਂ ਕਿ ਬੱਚੇ ਜਿਹੜੇ ਆ ਜਲਦੀ ਤੋਂ ਜਲਦੀ ਆਪਾਂ ਸਕੂਲ ਵਿਜ਼ਿਟ ਕਰ ਰਹੇ ਹਾਂ। ਮੇਰੇ ਕੋਲ ਬੇਸਿਕਲੀ 19,000 ਬੱਚਿਆਂ ਦੀ ਭਰਤੀ ਤਾਂ ਕੋਰਟ ਦੇ ਵਿੱਚ ਸਟੱਕ ਹੋਈ ਆ, 12,772 ਦੀ ਮੈਂ ਹੁਣ ਜਿਹੜੀ 31 ਮਾਰਚ 2022 ਤੱਕ ਦਾ ਜੋ ਸਟਾਫ ਰਿਟਾਇਰ ਵੀ ਹੋਣਾ ਮੈਂ ਉਹਦੀਆਂ ਵੀ ਨਵੀਆਂ ਪੋਸਟਾਂ ਕੱਢ ਕੇ ਐਡਵਰਟਾਈਜ਼ ਕੀਤੀਆਂ, ਤਾਂ ਕਿ ਇਹ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਆਪਣਾ। ਰਾਣਾ ਗੁਰਜੀਤ ਜੀ ਦਾ ਜਿਹੜਾ ਬਿਆਨ ਆਇਆ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਟਰਾਏ ਦੇ ਬੰਦੇ ਨੇ, ਉਹ ਪਾਰਟੀ ਛੱਡ ਜਾਣਗੇ, ਬਿਆਨ ਮੰਤਰੀ ਵੱਲੋਂ ਜਿਹਾ ਬਿਆਨ ਆਉਣਾ, ਕਿਵੇਂ ਦੇਖਦੇ ਹੋ? ਚਲੋ ਇਹ ਤਾਂ ਦੋਨਾਂ ਨੂੰ ਉਹਨਾਂ ਨੂੰ ਪੁੱਛ ਲਓ ਯਾਰ, ਮੇਰੇ ਨਾਲ ਤਾਂ ਕੋਈ ਅੱਜ ਐਜੂਕੇਸ਼ਨ ਦੀ ਗੱਲ ਕਰਦਾ। ਮੈਂ ਲੜਦਾ ਸਾਹਮਣਾ ਸਿੱਧੂ ਤਾਂ ਐਵੇਂ ਬਦਨਾਮ ਹੈ ਜੀ। ਹਾਂਜੀ, ਤੁਸੀਂ ਕਹਿੰਦੇ ਮੈਂ ਸਾਹਮਣਾ ਲੜਨਾ, ਤੁਸੀਂ ਤੁਹਾਡੀ ਵਰਡਿੰਗ ਇਹ ਹੈ ਤੁਹਾਡੀ ਵਰਡਿੰਗ ਹੈ ਸਿੱਧੂ ਦਾ ਐਵੇਂ ਬਦਨਾਮ ਹੈ ਫਿਰ? ਨਹੀਂ ਨਹੀਂ ਨਹੀਂ, ਇਹ ਹੈ ਦੇਖੋ ਹਰ ਬੰਦੇ ਦਾ ਮੰਤਰੀ ਵੱਲੋਂ ਜਿਹਾ ਬਿਆਨ ਆਣਾ, ਹਰ ਬੰਦੇ ਦਾ ਆਪਣਾ ਯੋਗਦਾਨ ਹੈ। ਅੱਛਾ, ਦੇਖੋ ਲੜਾਈ ਲੌਜਿਕ ਦੀ ਆ, ਲੜਾਈ ਅਸੂਲਾਂ ਦੀ ਆ, ਹੋਰ ਕੋਈ ਲੜਾਈ ਨਹੀਂ ਹੈ ਸਾਡੀ ਕਿਸੇ ਨਾਲ, ਕਿਹੜੀ ਜ਼ਮੀਨ ਵੰਡਣੀ ਆਪਾਂ। ਗੱਲ ਤਾਂ ਅਸੂਲਾਂ ਦੀ ਲੜਾਈ ਦੀ ਆ ਕਿ ਪੰਜਾਬ ਲਈ ਜਿੰਨੀ ਕੁ ਸਾਨੂੰ ਸਮਝ ਹੈ, ਜਿੰਨੀ ਕੁ ਆਲੇ ਦੁਆਲੇ, ਉਹ ਮੈਂ ਤਾਂ ਜੇ ਕੋਈ ਨਾਂ ਵੀ ਸਮਝ ਹੋਵੇ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਿਹੜੇ ਆਲੇ ਦੁਆਲੇ, ਉਹਨਾਂ ਕੋਲੋਂ ਪੁੱਛ ਲੈਂਦਾ ਹੁੰਦਾ, ਮੈਂ ਕਦੀ ਸੰਗਦਾ ਨਹੀਂ ਹੈ ਵੀ ਯਾਰ ਜਿਹੜੀ ਗੱਲ ਠੀਕ ਆ, ਜਿਹਦੇ 'ਤੇ 3 ਕਰੋੜ ਜਿਹੜਾ ਸਾਡਾ ਪੰਜਾਬ ਦੇ ਵਾਸੀ ਹੈਗੀ ਆ, ਜਿਹੜਾ ਤਾਂ ਅਸਰ ਪਾਉਣਾ ਹੈਗਾ, ਉਹਦੇ 'ਤੇ ਸਾਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ। ਔਰ ਐਜੂਕੇਸ਼ਨ ਮੈਂ ਆਪ ਇਸ ਕਰਕੇ ਲਿਆ ਹੈਗਾ ਕਿਉਂਕਿ ਜੇ ਅਸੀਂ ਭਾਵੇਂ ਪੁਲ ਬਣਾ ਲਈਏ, ਜੋ ਮਰਜ਼ੀ ਬਣਾ ਲਈਏ, ਜੇ ਆਹ ਜਿਹੜੀ ਨਵੀਂ ਜਨਰੇਸ਼ਨ ਆ ਸਮੇਂ ਦਾ ਹਾਣੀ ਨਾ ਬਣਾ ਸਕੇ, ਤਾਂ ਫਿਰ ਕਿਉਂਕਿ ਅਲਟੀਮੇਟਲੀ ਇਹਨਾਂ ਨੇ ਹੀ ਅੱਗੇ ਦੇਸ਼ ਨੂੰ। ਕਿੰਨਾ ਸੁਧਾਰ ਹੋਇਆ ਤੁਹਾਡੇ ਆਮ ਤੋਂ ਬਾਅਦ, ਕਿੰਨਾ ਕੁ ਸੁਧਾਰ ਤੁਸੀਂ ਮੰਨਦੇ ਹੋ ਕਿ ਸੁਧਾਰ ਕਰ ਪਾਇਆ? ਅਸੀਂ ਜਿਹੜੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਵੀ ਇਹ ਲੋਕਾਂ ਦੀ ਸਰਕਾਰ ਹੈ। ਮੈਂ ਨਹੀਂ ਕਹਿੰਦਾ 90 ਦਿਨਾਂ 'ਚ ਸ਼ਾਇਦ ਬਹੁਤ ਜ਼ਿਆਦਾ ਕੰਮ ਨਹੀਂ ਹੋ ਸਕਦੇ, ਲੇਕਿਨ ਜਿਹੜੇ ਅਸੀਂ ਕੰਮ ਕੀਤੇ ਆ ਉਹ ਲੋਕਾਂ ਦੇ ਜ਼ਹਿਨ ਨਾਲ ਜੁੜੇ ਹੋਏ ਕੰਮ ਕੀਤੇ ਆ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਪੰਜਾਬ ਇੱਕ ਬਹੁਤ, ਮੈਂ ਤੁਹਾਡੇ ਨਾਲ ਕਦੀ, ਕਿਉਂਕਿ ਮੈਂ ਜਦੋਂ ਵੀ ਪ੍ਰੈਸ ਨਾਲ ਗੱਲ ਕਰਦਾ ਬੜੀ ਸਾਫ਼ ਸੁਥਰੀ ਗੱਲ ਕਰਦਾ ਵੀ ਯਾਰ ਪੰਜਾਬ ਆਉਣ ਵਾਲੇ ਸਮੇਂ 'ਚ ਬੜੇ ਨਾਜ਼ੁਕ ਮੋੜ 'ਤੇ ਖੜ੍ਹਾ, ਅਤੇ ਇਹਦੇ 'ਤੇ ਸਾਨੂੰ ਬੜੀ ਸੁਹਿਰਦਤਾ ਨਾਲ ਅੱਗੇ ਚੱਲਣ ਦੀ ਜ਼ਰੂਰਤ ਆ। ਬਹੁਤ ਆਲੇ ਦੁਆਲੇ ਉਹ ਕਈ ਕੁਛ ਕਹਿੰਦੇ ਆ, ਲੋਕਾਂ ਨੇ ਐਨਾਲਾਈਜ਼ ਵੀ ਕਰਨਾ ਹੁੰਦਾ, ਲੇਕਿਨ ਉਹਦੇ ਤੋਂ ਬਾਅਦ ਅਸੀਂ ਪੰਜਾਬ ਦੀ ਗੱਲ ਕਰੀਏ ਵੀ ਭਾਈ ਪੰਜਾਬ ਨੂੰ ਠੀਕ ਗੱਲ ਕਿਹੜੀ ਹੈਗੀ ਆ, ਉਹਦੇ 'ਤੇ ਉਹ ਲੜਾਈ ਆ ਅਸਲੀ ਲੜਾਈ, ਬਾਕੀ ਹੋਰ ਲੜਾਈ ਨਹੀਂ। ਦੋ ਪ੍ਰੋਟੈਸਟ ਮਿਲੇ ਆ ਜੀ ਚੌਂਕ ਦੇ ਵਿੱਚ, ਇੱਕ ਤਾਂ ਨੌਕਰੀਆਂ ਦੀ ਮੰਗ ਕਰਨ ਵਾਲੇ ਅਤੇ ਦੂਜੇ ਮਿਹਮਟ ਕਾਲਜ ਜਿਹੜਾ ਤੁਸੀਂ ਮਿਹਣਾ ਵੀ ਮਾਰਿਆ ਬਾਦਲ ਪਰਿਵਾਰ ਨੂੰ, ਉਹਨਾਂ ਨੇ ਬਣਾਏ ਕਾਲਜ ਦੇ ਵਿੱਚ 5-6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਉਹ ਧਰਨੇ 'ਤੇ ਬੈਠਿਆ ਜੀ, 90ਵਾਂ ਦੇਣਾ ਜੀ ਉਹਨਾਂ ਦਾ। ਮੈਂ ਤਾਂ ਜਿਹੜੀ ਜਿਹੜੀ ਚੀਜ਼ ਮੇਰੇ ਨੋਟਿਸ 'ਚ ਆਉਂਦੀ ਆ ਮੈਂ ਹਮੇਸ਼ਾ ਉਹ ਕਹਿੰਦਾ ਕਿ ਆ ਜਾਓ ਯਾਰ ਆਪਾਂ ਬਹਿ ਕੇ ਕਰ ਲੈਂਦੇ ਹਾਂ। ਮੈਂ ਨਹੀਂ ਕਹਿੰਦਾ ਕਮੀਆਂ ਪੇਸ਼ੀਆਂ ਨਹੀਂ ਹੈਗੀਆਂ, ਕਮੀਆਂ ਪੇਸ਼ੀਆਂ ਹਮੇਸ਼ਾ ਹੈਗੀਆਂ, ਹਮੇਸ਼ਾ ਜ਼ਿੰਦਗੀ ਦੇ ਵਿੱਚ ਰਹਿਣੀਆਂ। ਮੈਂ ਹਮੇਸ਼ਾ ਅੱਧੇ ਗਲਾਸ ਨੂੰ ਭਰਿਆ ਹੋਇਆ ਦੇਖਦਾ, ਅੱਧਾ ਖਾਲੀ ਨਹੀਂ ਦੇਖਦਾ, ਕਿਉਂਕਿ ਫਿਰ ਜ਼ਿੰਦਗੀ ਦੇ ਵਿੱਚ ਨਾ ਕੋਈ ਪੋਜ਼ਿਟਿਵਨੈਸ ਨਹੀਂ ਆਉਂਦੀ। ਮੈਂ ਤਾਂ ਪੋਜ਼ਿਟਿਵ ਜਿਹੜਾ ਸੋਚ ਵਾਲਾ ਬੰਦਾ ਹੈਗਾ, ਤਾਂ ਕਿ ਇਹ ਸਾਡੇ ਬੱਚੇ ਆ ਨਾ, ਮੈਂ ਨਹੀਂ ਕਦੀ ਇਹ ਚਾਹੁੰਦਾ ਹੁੰਦਾ ਕਿ ਯਾਰ ਕੋਈ ਬੱਚਾ ਜੇ ਮੇਰੀ ਗੱਲ ਸੁਣਨਾ ਉਹਦੀ ਗੱਲ ਸੌਰ ਸਕਦੀ ਆ, ਤਾਂ ਫਿਰ ਮੈਨੂੰ ਨਹੀਂ ਲੱਗਦਾ ਮਸਲਾ ਨਹੀਂ। ਇੱਕ ਸਰਕਾਰੀ ਕਾਲਜ ਹੈ, ਉਹਨੂੰ ਸੈਲਰੀਜ਼ ਦੇਣੀ ਹੈ, ਇੱਕ ਫਾਈਨਾਂਸ ਮਿਨਿਸਟਰ ਤੋਂ ਫਾਈਲ ਪਈ ਹੈ, ਇਹਦਾ ਕੋਈ ਕੰਮ ਲਈ ਵੀ 3 ਮਹੀਨੇ ਹੋਰ ਪ੍ਰੋਟੈਸਟ ਚੱਲ ਰਹੇ ਨੇ। ਕੋਈ ਪ੍ਰੋਬਲਮ ਹੈ, ਮੈਂ ਡੈਫੀਨਿਟਲੀ ਉਹਨੂੰ ਸੋਲਵ ਕਰ, ਪੱਟੀ ਸਾਹਿਬ ਦੇ ਵੀ ਨੋਟਿਸ ਦੇ ਵਿੱਚ ਹੈ, ਮਾਮਲਾ ਹਰ ਚੀਜ਼ ਦੇ ਵਿੱਚ, ਮੈਂ ਕਿਹਾ ਬਿਲਕੁਲ ਸੋਲਵ ਕਰ ਲੈਂਦੇ ਹਾਂ।